ਤੁਹਾਡੇ ਵਰਗੇ ਟੁੱਕੜ ਬੋਚ ਲੋਕ, ਤੁਹਾਡੇ ਵਰਗੇ ਗੰਦੇ ਲੋਕ ਆ ਹਿੰਦੂ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਤੇ ਬੈਠੇ ਨੇ। 2 ਲੱਖ ਟਰੈਕਟਰ ਪੰਜਾਬ ਤੱਕ ਲੈਣਾ ਲੱਗ ਜਾਣੀਆਂ ਨੇ, ਇਹ ਵਿਹਲੇ ਨੇ। ਇੱਥੇ ਗੋਦੀ ਮੀਡੀਆ ਵਾਲੇ ਆਪ ਨਹੀਂ ਆਉਂਦੇ, ਉਹ ਆਪਣੀਆਂ ਜਨਾਨੀਆਂ ਭੇਜਦੇ ਨੇ ਇੱਥੇ। ਜੇ ਜ਼ਰੂਰਤ ਆ ਟਾਈਮ ਰੱਖੋ, ਰੱਖੋ ਟਾਈਮ, ਕਰੋ ਕੱਟੀ ਕੱਟਾ ਇੱਕ ਪਾਸੇ। ਪਿੰਡਾਂ 'ਚ ਵੜ ਕੇ ਵੇਖ ਲਓ, ਤੁਹਾਨੂੰ ਤੁਹਾਡੀ ਔਕਾਤ ਨਾਲ ਚੇਤੇ ਕਰਵਾ ਦਿੱਤੀ। ਤੁਹਾਡੇ ਪਿਓ ਮੋਦੀ ਦੇ ਹਿੱਕ ਤੇ ਚੜ ਕੇ ਅਸੀਂ ਨੱਚਣਾ ਵਾ, ਭੰਗੜਾ ਪਾਉਣਾ 26 ਜਨਵਰੀ ਨੂੰ। ਜਿਨ੍ਹਾਂ ਨੂੰ ਛਿੱਤਰ ਖਾਣ ਕਰਕੇ ਸਿਕਿਉਰਿਟੀ ਮਿਲਦੀ ਹੈ, ਕਿਹੜਾ ਤੁਹਾਡੇ ਜਵਾਈਆਂ ਦੇ ਇਹਨਾਂ ਤੇ ਪ੍ਰੈਸ਼ਰ ਤੁਹਾਡੇ ਤੇ ਪੈ ਗਿਆ ਵੀ ਤੁਸੀਂ ਇਹਨਾਂ ਨੂੰ ਸਾਂਭ ਨਹੀਂ ਸਕਦੇ? ਤੁਹਾਡੇ ਵਾਂਗੂ ਮਰੀਆਂ ਜ਼ਮੀਰਾਂ ਵਾਲੇ ਨਹੀਂ। ਜਿਹੜੇ ਸਰਦਾਰਾਂ ਨਾਲ ਪਿਆਰ ਰੱਖਦੇ ਹਿੰਦੂ ਭਾਈਚਾਰੇ ਵਾਲੇ ਵੀਰਾਂ ਨੂੰ ਬੇਨਤੀ ਕਰਦਾ, ਇਹਨਾਂ ਦਾ ਕੰਡੈਮ ਕਰੋ। ਦੁਨੀਆ ਦੇ ਵਿੱਚ ਲੋਕੀ ਆਪਣੀਆਂ ਖਬਰਾਂ ਲਗਵਾਉਂਦੇ ਨੇ ਮਿਹਨਤਾਂ ਕਰਕੇ, ਪਰ ਪੰਜਾਬ ਦੇ ਵਿੱਚ ਇੱਕੋ ਇੱਕ ਜਥੇਬੰਦੀ ਆ ਜਿਹੜੇ ਛਿੱਤਰ ਖਾ ਕੇ ਜਾਂ ਗਾਲਾਂ ਖਾ ਕੇ ਆਪਣੀ ਪਬਲਿਸਿਟੀ ਕਰਨਾ ਪਸੰਦ ਕਰਦੇ ਨੇ, ਉਹ ਹੈ ਸ਼ਿਵ ਸੈਨਾ। ਦੁਨੀਆ ਦੇ ਵਿੱਚ ਲੋਕਾਂ ਨੂੰ ਸਿਕਿਉਰਿਟੀ ਮਿਲਦੀ ਆ, ਸੁਰੱਖਿਆ ਮਿਲਦੀ ਆ, ਆਪਣੇ ਕਿਤੇ ਚੰਗੇ ਕੰਮਾਂ ਕਾਰਾਂ ਕਰਕੇ ਪੁਲਿਸ ਦੇ ਜਵਾਨ ਗਨਮੈਨ ਕਮਾਂਡੋ ਨਾਲ ਮਿਲਦੇ ਨੇ, ਪਰ ਦੁਨੀਆ ਦੀ ਇੱਕੋ ਇੱਕ ਜਥੇਬੰਦੀ ਆ ਉਹ ਹੈ ਸ਼ਿਵ ਸੈਨਾ, ਜਿਨ੍ਹਾਂ ਨੂੰ ਛਿੱਤਰ ਖਾਣ ਕਰਕੇ ਸਿਕਿਉਰਿਟੀ ਮਿਲਦੀ ਆ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਤੇ ਨੇ ਖਾਲਿਸਤਾਨੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ, ਪਰ ਅੱਜ ਦੇ ਸਮੇਂ ਪੂਰਾ ਪੰਜਾਬ ਜਿਹੜਾ ਇਹਨਾਂ ਨੂੰ ਵੇਖ ਰਿਹਾ। ਕੱਲ ਦੀ ਇੱਕ ਖਬਰ ਬੜੀ ਮੰਦਭਾਗੀ ਆ, ਜੋ ਇਹ ਸ਼ਿਵ ਸੈਨਾ ਦੇ ਟੁੱਕੜ ਬੋਚਾਂ ਨੇ, ਮੈਂ ਹੈਰਾਨ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ ਵੀ ਸ਼ਿਵਾਜੀ ਰਾਓ ਮਹਾਰਾਸ਼ਟਰ ਦੀ ਧਰਤੀ ਤੇ ਪੈਦਾ ਹੋਇਆ, ਉਹਨੇ ਜ਼ੁਲਮ ਦੇ ਖਿਲਾਫ ਡੰਡਾ ਚੁੱਕਿਆ, ਝੰਡਾ ਚੁੱਕਿਆ। ਉਦੇ ਠਾਕਰੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਿਹਦੀ ਸਰਕਾਰ ਹੈ, ਉਹ ਜਿਹਦੇ ਨਾਲ ਪੰਜਾਬੀਆਂ ਦਾ ਸਰਦਾਰਾਂ ਦਾ ਭਾਈਚਾਰਾ, ਮੈਂ ਹੈਰਾਨ ਆ ਵੀ ਉਹਦੇ ਕੋਲ ਨੱਥ ਨਹੀਂ ਪਾਈ ਜਾਂਦੀ। ਇਹ ਆਪਣੇ ਆਪ ਨੂੰ ਕਿਹੜੀ ਸ਼ਿਵ ਸੈਨਾ ਸਮਝਦੇ ਨੇ? ਇਹ ਗੰਦੇ ਗੰਦੇ ਬੀਜ, ਇਹ ਗੰਦੀਆਂ ਔਲਾਦਾਂ। ਕੱਲ ਜੋ ਇਹਨਾਂ ਨੇ ਕਰਤੂਤ ਕੀਤੀ ਆ, ਕਿਹੜੀ ਵੀ ਬੋਰਡ ਲਾ ਕੇ ਅੰਬਾਨੀ ਅਡਾਨੀ ਆਪਣੇ ਭਨੋਈਏ ਦਾ ਇਹਨਾਂ ਨੇ ਪ੍ਰਚਾਰ ਕੀਤਾ ਵੀ ਆ ਜਿਹੜਾ ਕਿਸਾਨਾਂ ਦੇ ਹੱਕ ਵਿੱਚ, ਓਏ ਲੱਖ ਲਾਂਤਾਂ ਤੁਹਾਡੇ ਤੇ। ਤੁਸੀਂ ਅੱਜ ਹਿੰਦੂ ਸਿੱਖ ਭਾਈਚਾਰੇ ਨੂੰ, ਤੁਸੀਂ ਤੁਹਾਡੇ ਵਰਗੇ ਟੁੱਕੜ ਬੋਚ ਲੋਕ, ਤੁਹਾਡੇ ਵਰਗੇ ਗੰਦੇ ਲੋਕ ਜਿਹੜੇ ਸਿਕਿਉਰਿਟੀਆਂ ਕਰਕੇ ਰਾਜਨੀਤੀ ਕਰਕੇ ਆ ਹਿੰਦੂ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਤੇ ਬੈਠੇ ਨੇ। ਇੱਥੇ ਆ ਕੇ ਵੇਖੋ, ਇਸ ਕਿਸਾਨੀ ਮੋਰਚੇ ਜਾ ਕੇ ਵੇਖੋ, ਆ ਵੇਖੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ, ਇਹ ਘਰੋਂ ਵਿਹਲੇ ਆ ਕੇ ਬੈਠੇ ਨੇ। 2 ਲੱਖ ਟਰੈਕਟਰ ਪੰਜਾਬ ਤੱਕ ਲੈਣਾ ਲੱਗ ਜਾਣੀਆਂ ਨੇ, ਇਹ ਵਿਹਲੇ ਨੇ। ਆ ਕਿਸਾਨ ਜਥੇਬੰਦੀਆਂ, ਇਹ ਭੈਣਾਂ ਜਿਨ੍ਹਾਂ ਬੀਬੀਆਂ ਤੁਸੀਂ ਕਹਿ ਰਹੇ ਹੋ ਬੀਬੀਆਂ ਵਿਹਲੀਆਂ ਨਹੀਂ ਹੋ, ਇਹ ਮਾਤਾ ਭਾ ਕੌਰ ਦੀਆਂ ਵਾਰਸ ਨੇ। ਇਹ ਉਹ ਨੇ ਉਹ ਜੇ ਲੋੜ ਪੈਣ ਤੇ ਤੁਹਾਡੇ ਢਿੱਡ ਵਿੱਚ ਵੀ ਕਿਰਪਾਨ ਕੱਢਣੀ ਪਈ ਨਾ, ਇਹ ਉਹ ਬੀਬੀਆਂ ਇੱਥੇ ਮੋਰਚੇ ਤੇ ਬੈਠੀਆਂ ਹੋਈਆਂ ਨੇ। ਇਹ ਉਹ ਬੈਠੀਆਂ ਨੇ ਜਿਨ੍ਹਾਂ ਨੇ ਬੰਦ ਬੰਦ ਕਟਵਾ ਕੇ ਟੁਕੜੇ ਕਰਵਾ ਕੇ ਆਪਣੇ ਬੱਚਿਆਂ ਦੇ ਝੋਲੀਆਂ ਵਿੱਚ ਪਵਾਏ ਨੇ, ਤੇ ਲੱਖ ਲਾਂਤਾਂ ਤੁਹਾਡੇ ਤੇ ਜਦੋਂ ਤੁਸੀਂ ਬਚਣਾ ਹੁੰਦਾ। ਇੱਥੇ ਗੋਦੀ ਮੀਡੀਆ ਵਾਲੇ ਆਪ ਨਹੀਂ ਆਉਂਦੇ, ਉਹ ਆਪਣੀਆਂ ਜਨਾਨੀਆਂ ਭੇਜਦੇ ਨੇ ਇੱਥੇ। ਜਾਓ ਕਵਰਿੰਗ ਕਰਕੇ ਆਓ, ਖਬਰਾਂ ਬਣਾ ਕੇ ਲਿਆਓ, ਲੋਕਾਂ 'ਚ ਵੜ ਜਾਓ, ਹੈ ਜ਼ਰੂਰਤ ਆਓ ਇੱਥੇ। ਤੁਸੀਂ ਵਿਰੋਧ ਕਰਦੇ ਨਾ ਪੰਜਾਬ 'ਚ, ਪਹਿਲੀ ਗੱਲ ਤੁਸੀਂ ਸਿਕਿਉਰਿਟੀ ਲਾ ਕੇ ਬੋਰਡ ਲਾਉਂਦੇ ਹੋ। ਜੇ ਜ਼ਰੂਰਤ ਤੁਹਾਨੂੰ ਵਾਰ ਵਾਰ ਕਹਿੰਦੇ ਸ਼ਿਵ ਸੈਨਾ ਵਾਲਿਆਂ ਨੂੰ, ਜੇ ਜ਼ਰੂਰਤ ਆ ਟਾਈਮ ਰੱਖੋ, ਰੱਖੋ ਟਾਈਮ, ਕਰੋ ਕੱਟੀ ਕੱਟਾ ਇੱਕ ਪਾਸੇ, ਗੱਲ ਨਿਬੇੜੋ, ਜਾਂ ਅਸੀਂ ਨਹੀਂ ਜਾਂ ਤੁਸੀਂ ਨਹੀਂ। ਸਿਕਿਉਰਿਟੀਆਂ ਲੈ ਕੇ ਬੋਰਡ ਲਾ ਕੇ ਤੁਸੀਂ ਕਹੋ ਵੀ ਅੰਬਾਨੀ ਅਡਾਨੀ ਪੰਜਾਬ ਦੇ ਰਾਖੇ, ਅੰਬਾਨੀ ਅਡਾਨੀ ਕਿਸਾਨੀ ਦੇ ਰਾਖੇ, ਤੁਸੀਂ ਮੋਦੀ ਦਾ ਪ੍ਰਚਾਰ ਕਰੋ। ਉਹ ਲੱਖ ਲਾਂਤਾਂ, ਪੂਰੀ ਦੁਨੀਆ, ਹਰਿਆਣਾ ਆ ਗਿਆ, ਯੂਪੀ ਆ ਗਿਆ, ਮਹਾਰਾਸ਼ਟਰ ਆ ਗਿਆ, ਰਾਜਸਥਾਨ ਆ ਗਿਆ, ਹਿਮਾਚਲ ਆ ਗਿਆ, ਤੁਸੀਂ ਅਜੇ ਵੀ ਰੋਟੀਆਂ ਸੇਕਦੇ ਹੋ ਰਾਜਨੀਤੀ ਦੇ ਨਾਂ ਤੇ। ਜੇ ਜ਼ਰੂਰਤ ਹੈ ਟਾਈਮ ਰੱਖੋ, ਟਾਈਮ ਰੱਖ ਕੇ ਬੋਰਡ ਲਾਉਣ ਦੀ ਗੱਲ ਕਰੋ, ਕਰਕੇ ਪੁਲਿਸ ਵਾਲੇ ਇਕੱਠੇ ਚਾਰਜ, ਤੁਸੀਂ ਟੱਟੂ ਜੇ ਬੰਦੇ ਇਕੱਠੇ ਹੋ ਕੇ ਆਖੇ ਜੀ ਆ ਲਓ ਅਸੀਂ ਕਰ ਰਹੇ ਹਾਂ ਪ੍ਰਚਾਰ। ਜੇ ਜ਼ਰੂਰਤ ਆ ਤਾਂ ਆਓ, ਆਓ ਇਲੈਕਸ਼ਨ ਲੜ ਕੇ ਵੇਖ ਲਓ, ਫਿਰ ਪਿੰਡਾਂ 'ਚ ਵੜ ਕੇ ਵੇਖ ਲਓ, ਤੁਹਾਨੂੰ ਤੁਹਾਡੀ ਔਕਾਤ ਨਾਲ ਚੇਤੇ ਕਰਵਾ ਦਿੱਤੀ। ਅਸੀਂ ਸਿਕਿਉਰਿਟੀਆਂ 'ਚ ਨਹੀਂ ਘੁੰਮਦੇ, ਇਕੱਲੇ ਘੁੰਮਦੇ ਹਾਂ, ਸ਼ਰੇਆਮ ਘੁੰਮਦੇ ਹਾਂ। ਜਿੱਥੇ ਟਾਈਮ ਰੱਖਣਾ ਰੱਖੋ,
नबेड़ो एक पासे जां असी नी ते जां तुसी नी, गल खत्म करो ना। असी वार वार बोलीए ना तुहानू वार वार साडे खालिस्तानिया ते बोलन दी लोड़ पवे। तो मैं पंजाब पुलिस नू कैप्टन नू जेड़े कहिंदे ने वी तुहानू हुण माहौल खरन वाले नी वी खराब करन वाले, साडी कोई गल होवे साडे घरां दे बाहर पुलिस ला के सानू अंदर बंद कर दिंदे हो, सानू नजर बंद कर दिओ, साडे साडे ते केस पा के सानू उलझा दिंदे हो। थानू ये नहीं दिखते, थानू ये नजर नहीं आंदे, तुहाडे ते केड़ा प्रेशर है, केड़ा तुहाडे जवाइयां दे इहदे ते प्रेशर तुहाडे ते पै गया वी तुसी इहनां नूं सांभ नहीं सकदे। सो इस करके पंजाब दा माहौल इस समय सारा पंजाब अणखातर निकलिया होया, तुहाडे वांगू मरियां जमीरां वाले नहीं। ते जे अज पंजाब निकलिया साथ नहीं दे सकदे, और रब दा ही वास्ता जेड़े चंगे बंदे ने जेड़े सरदारां नाल प्यार रखदे हिंदू भाईचारे वाली वीरां नूं बेनती करदा, इन्हां दा कंडम करो, इन्हां दा विरोध करो, जुत्तियां दे हार इन्हां दे घरां विच पाओ जदों तुहाडे घरां दे विच आउण। इह पंजाबी भाईचारे हिंदू भाईचारे नूं इह लोक बदनाम करना चाहुंदे ने, ते फिर जे जरूरत आ आ वेख लो आ जागदियां जमीरां दा कश वेख लो, आ वेख लो आ 26 जनवरी नूं तुहाडा प्यो मोदी टंगणा, आ 26 जनवरी नूं तुहाडे प्यो मोदी दे हिक ते चढ़ के असीं नचणा वा, भंगड़ा पाउणा 26 जनवरी नूं। आ जाओ जे जरूरत है तुहाडे ते कुत्ते और शिवसेना वाले उत्ते आ जाओ, रोक लो ਦਸ਼ਮੇਸ਼ ਪਿਤਾ ਦੇ ਨਾਮ ਨੂੰ ਭਾਵੇ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਵੱਡੀ ਹੋਵੇ, ਤੁਹਾਨੂੰ ਘਬਰਾਉਣ ਦੀ ਨਹੀਂ ਲੋੜ, ਤੁਹਾਡੀ ਹਰ ਸਮੱਸਿਆ ਦਾ ਤਾਂਤਰਿਕ ਵਿਧੀ ਦੁਆਰਾ ਸਵਾਮੀ ਕ੍ਰਿਸ਼ਨਾ ਜੀ ਕਰਨਗੇ ਸਮਾਧਾਨ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ, ਜਿਵੇਂ ਕਾਰੋਬਾਰ 'ਚ ਘਾਟਾ, ਲਵ ਮੈਰਿਜ, ਵਸ਼ੀਕਰਨ, ਗ੍ਰਹਿ ਕਲੇਸ਼, ਪਤੀ ਪਤਨੀ 'ਚ ਅਣਬਣ, ਕੀਤਾ ਕਿਰਾਇਆ, ਕੰਮ ਬਣਦੇ ਬਣਦੇ ਵਿਗੜ ਜਾਣਾ, ਮਨ ਚਾਹਾ ਪਿਆਰ, ਵਿਦੇਸ਼ ਯਾਤਰਾ, ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਪ੍ਰਾਪਤੀ, ਘਰ 'ਚ ਖੂਨ ਦੇ ਛਿੱਟੇ ਆਉਣਾ, ਇਹਨਾਂ ਸਾਰੀਆਂ ਸਮੱਸਿਆਵਾਂ ਦਾ ਘਰ ਬੈਠੇ ਹੀ ਕਰਾਓ ਸਮਾਧਾਨ। ਆਪਣੇ ਹਰ ਦੁੱਖ ਨੂੰ ਸੁੱਖ ਵਿੱਚ ਬਦਲਣ ਲਈ ਹੁਣੇ ਕਾਲ ਕਰੋ, ਇੱਕ ਫੋਨ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਫੋਨ ਨੰਬਰ 99688 37893।